ਤੋਂ ਪਹਿਲਾਂ ਜਿੰਨੇ ਵੀ ਪੰਡਾਲ ਦੇ ਵਿੱਚ ਬੈਠੇ ਨੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਨੂੰ ਮੇਰੇ ਦਿਲਾਂ ਨੂੰ ਬੇਨਤੀ ਕਰਨਾ ਚਾਹੁੰਦਾ, ਜਿਵੇਂ ਕਿ ਸੋਸ਼ਲ ਮੀਡੀਆ ਅੱਜ ਸਭ ਤੋਂ ਵੱਡੀ ਤਾਕਤ ਹੈ, ਉੱਥੇ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਉਹ ਤੋਂ ਬਚੋ, ਕਿਉਂਕਿ ਇਹਨੇ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਉਹਨੂੰ ਧੱਕੋ, ਆਪਾਂ ਉਹਨੂੰ ਫੈਲਾਓ ਨਾ। ਇਸ ਕਰਕੇ ਸਭ ਤੋਂ ਪਹਿਲੀ ਜਿਹੜੀ ਮੈਂ ਗੱਲ ਸ਼ੁਰੂ ਕਰਨਾ ਚਾਹੁੰਦਾ ਇਹ ਹੈ ਕਿ ਜੋ ਅੱਜ ਤੱਕ ਕਿਸਾਨ ਜਥੇਬੰਦੀ ਦੀ ਦੇਣ ਹੈ ਪੰਜਾਬ ਨੂੰ, ਉਹ ਬਹੁਤ ਵੱਡੀ ਦੇਣ ਹੈ। ਗੱਲ ਧਿਆਨ ਨਾਲ ਸੁਣਿਓ, ਬਹੁਤ ਵੱਡੀ ਦੇਣ ਹੈ, ਕਿਉਂਕਿ ਲੀਡਰਾਂ ਨੇ ਸਾਨੂੰ ਕਦੋਂ ਨਾਲ ਸਾਨੂੰ ਵੇਚਤਾ ਸੀਗਾ। ਅੱਜ ਤੱਕ ਜੋ ਵੀ ਫਸਲਾਂ ਦੇ ਰੇਟ, ਜ਼ਮੀਨਾਂ ਦੇ ਰੇਟ ਜੋ ਵੀ ਸਾਨੂੰ ਮਿਲਦੇ ਆਏ ਨੇਗੇ, ਕਿਸਾਨ ਜਥੇਬੰਦੀ ਕਰਕੇ ਮਿਲਦੇ ਆਏ ਨੇਗੇ, ਹੁਣ ਵੀ ਸਾਨੂੰ ਪੂਰਾ ਭਰੋਸਾ ਹੈ ਲੀਡਰਾਂ ਤੇ ਕਿ ਜੋ ਇਹ ਫੈਸਲਾ ਕਰਨਗੇ ਉਹ ਜਿੱਤ ਦਾ ਹੀ ਫੈਸਲਾ ਹੋਊਗਾ। ਇਸ ਕਰਕੇ ਤੁਹਾਨੂੰ ਮੈਂ ਗੱਲ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀ ਦੀ ਆਹ ਜੋ ਰਸਾਲਾ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ, ਇਹਤੇ ਇੱਕ ਫੋਟੋ ਛਪੀ ਹੋਈ ਹੈ, ਆਹ ਫੋਟੋ ਛਪੀ ਹੋਈ ਹੈ, ਫੋਟੋ 3 ਸਾਲ ਪੁਰਾਣੀ ਫੋਟੋ ਹੈ, 3 ਸਾਲ ਪੁਰਾਣੀ ਫੋਟੋ ਹੈ। ਇਹ ਫੋਟੋ ਦੇ ਵਿੱਚ ਇੱਕ ਹਰੀ ਪੱਗ ਵਾਲਾ ਬੰਦਾ ਦਿਖ ਰਿਹਾ, ਉਹ ਮੇਰਾ ਵੱਡਾ ਭਰਾ ਬਰਨਾਲੇ ਦਾ ਪ੍ਰਧਾਨ ਜਗਸੀਰ ਸਿੰਘ ਸੀਰਾ। 3 ਸਾਲ ਪੁਰਾਣੀ ਫੋਟੋ ਹੈ। ਇਹਨਾਂ ਨੇ ਹਰਿਦੁਆਰ ਤੋਂ ਦਿੱਲੀ ਤੱਕ ਇੱਕ ਰੋਸ ਪ੍ਰਦਰਸ਼ਨ ਕਰਿਆ ਸੀਗਾ, ਜਦੋਂ ਬੈਰੀਗੇਡ ਇਹਨਾਂ ਨੇ ਤੋੜੇ ਸੀਗੇ। ਉਸ ਦਿਨ 4 ਰੁਪਏ ਲੀਟਰ ਡੀਜ਼ਲ ਦਾ ਰੇਟ ਸਰਕਾਰ ਨੂੰ ਘਟਾਉਣ ਲਈ ਮਜਬੂਰ ਕਰਿਆ ਸੀਗਾ ਬਾਈ ਜਗਸੀਰ ਸਿੰਘ ਸੀਰਾ ਨੇ। ਇਹ ਬਾਰਡਰ ਜਿਹੜੇ ਹੁਣ ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਬਾਰਡਰ ਤੋੜ ਕੇ ਪਹੁੰਚਣ ਵਾਲਾ ਸਾਡਾ ਜਗਸੀਰ ਸਿੰਘ ਸੀਰਾ, ਇਹ ਨੌਜਵਾਨ ਬੈਠੇ ਨੇ, ਇਹਨਾਂ ਦੇ ਨਾਲ ਇੱਕ ਜਕਾਰਾ ਛੱਡ ਦੋ, ਬੋਲੇ ਸੋ ਦੇਵਾਨ। ਬਹੁਤ ਵੱਡੀ ਦੇਣ ਇਸ ਨੌਜਵਾਨ ਸਾਡੇ ਆਗੂ ਦੀ, ਤਾਂ ਕਰਕੇ ਮੇਰੇ ਭਰਾ ਤੇ ਮੈਨੂੰ ਮਾਣ ਹੈ। ਸਭ ਤੋਂ ਪਹਿਲੀ ਜਿਹੜੀ ਮੈਂ ਵੱਡੀ ਕਿਸਮ ਮੈਂ ਹੋਰ ਗੱਲ ਦੱਸਣਾ ਚਾਹੁੰਦਾ, ਜਿਵੇਂ ਕਿ ਮੋਦੀ ਸਰਕਾਰ ਬਾਰ ਬਾਰ ਇੱਕੋ ਹੀ ਗੱਲ ਕਰ ਰਹੀ ਹੈ, ਬਿੱਲ ਪੱਖਦੇ ਨੇ ਬਿੱਲ ਪੱਖਦੇ ਨੇਗੇ। ਹੁਣ ਕਈ ਬੰਦੇ ਏਜੰਸੀਆਂ ਨੇ ਸੁਣਦੇ ਹੋਣਗੇ, ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਸਾਡੇ, ਮੈਂ ਆਪਣੇ ਪਿੰਡ ਦੀ ਆਧਾਰ ਦੇ ਕੇ ਦੱਸਣਾ ਚਾਹੁੰਦਾ, ਸਾਡੇ ਪਿੰਡ ਦੇ ਵਿੱਚ 1500 ਏਕੜ ਗੰਨਾ ਵੇਚਦਾ ਸੀਗਾ, ਸਾਨੂੰ ਧੂਰੀ ਮਿੱਲ ਨੇੜੇ ਲੱਗਦੀ ਹੈ। ਅੱਜ ਤੱਕ ਸਾਡਾ ਧੂਰੀ ਜਿਹੜੀ ਪ੍ਰਾਈਵੇਟ ਮਿੱਲ ਅਦਾਰਾ ਪ੍ਰਾਈਵੇਟ ਅਦਾਰਾ, ਅੱਜ ਤੱਕ ਸਾਡਾ ਕਰੋੜਾਂ ਰੁਪਇਆ ਉਹ ਦੱਬੀ ਬੈਠੀ ਹੈ, ਕਰੋੜਾਂ ਰੁਪਇਆ ਸਾਡੀ ਧੂਰੀ ਸੂਗਰ ਮਿੱਲ ਦੱਬੀ ਬੈਠੀ ਆ, ਅੱਜ ਤੱਕ ਸਾਡੇ ਪੈਸੇ ਨਹੀਂ ਮੋੜੇ। ਇਸ ਕਰਕੇ ਸਾਡੇ ਜਿਹੜੇ ਅਸੀਂ ਲੜਾਈ ਲੜਦੇ ਹਾਂ ਵੀ 2-3 ਫਸਲਾਂ ਜਿਹੜਾ ਸਾਨੂੰ MSP ਰੇਟ ਮਿਲ ਰਿਹਾ, ਉਹ ਪ੍ਰਾਈਵੇਟ ਅਦਾਰੇ ਸਾਡੇ ਪੰਜਾਬ ਦੇ ਵਿੱਚ ਚਲੇ ਜਾਣਗੇ, ਜਿਵੇਂ ਕਿ ਸਾਨੂੰ ਪਹਿਲਾਂ ਗੰਨਿਆਂ ਰੇਟ ਨਹੀਂ ਮਿਲਿਆ, ਸਾਨੂੰ ਅੱਜ ਤੱਕ ਉਹਨਾਂ ਨੇ ਸਾਡੇ ਪੈਸੇ ਨਹੀਂ ਦਿੱਤੇ, ਇਸ ਤਰ੍ਹਾਂ ਇਵੇਂ ਸਾਨੂੰ ਫਸਲਾਂ ਰੇਟ ਨਹੀਂ ਇਹਨਾਂ ਨੇ ਦੇਣਾ। ਇਹ ਬਹੁਤ ਵੱਡੀ ਦੇਣ ਹੈ। ਪਿੱਛੇ ਜੇ ਅਸੀਂ ਇੱਕ ਪੰਜਾਬ ਦੇ ਵਿੱਚ ਲੜਾਈ ਲੜੀ ਮੇਰੇ ਨਾਲ ਬਾਈ ਜਸੀਰ ਸਿੰਘ ਸੀਰਾ, ਕਿ ਪੰਜਾਬ ਦੀ ਖੇਤੀਬਾੜੀ ਬਦਲਣੀ ਚਾਹੀਦੀ ਹੈ, ਪੰਜਾਬ ਦਾ ਖੇਤੀਬਾੜੀ ਜਿਹੜਾ ਢਾਂਚਾ ਉਹ ਬਦਲਣਾ ਚਾਹੀਦਾ, ਅਸੀਂ ਇੱਕ ਸ਼ੁਰੂਆਤ ਕਰੀ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ। ਮੈਂ ਇੱਕ ਦੱਸਣਾ ਚਾਹੁੰਦਾ, ਉਹਦੇ ਲਈ ਸਾਡੇ NDP ਦਾ ਪਰਚਾ ਦਰਜ ਕੀਤਾ ਗਿਆ। ਮੈਂ ਇੱਕ ਧਿਆਨ ਦੇ ਕੇ ਦੱਸਣਾ ਚਾਹੁੰਦਾ, ਜੇਕਰ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦਾ ਖੇਤੀ ਬਦਲਾਅ ਹੁੰਦਾ, ਪੰਜਾਬ ਦਾ ਕਿਸਾਨ ਕਿਤੇ ਅਮੀਰ ਹੋ ਜੂਗਾ। ਅੱਜ ਅਸੀਂ ਕਣਕ ਦੇ ਝੋਨੇ ਦੇ ਵਿੱਚ ਫਸੇ ਖੜੇ ਹਾਂ, ਅਸੀਂ ਖੇਤੀ ਬਦਲ ਜਾਣਦੇ ਹਾਂ, ਅਸੀਂ ਕੋਈ ਫਸਲ ਬੀਜ ਸਕਦੇ ਹਾਂ, ਪਰ ਜਿਹੜਾ ਅੱਜ ਇੱਥੇ ਪੰਗਾ ਆ ਰਿਹਾ ਉਹੀ ਪੰਗਾ ਆ ਰਿਹਾ ਕਿ ਸਾਨੂੰ ਫਸਲਾਂ ਦੇ ਰੇਟ ਨਹੀਂ ਮਿਲ ਰਹੇ। ਇਹ ਸਭ ਤੋਂ ਵੱਡਾ ਇਹੀ ਕਾਰਨ ਹੈ ਕਿ ਜੇਕਰ ਸਾਨੂੰ ਰੇਟ ਮਿਲਣ, ਕਿਸਾਨ ਕੋਈ ਵੀ ਫਸਲ ਬੀਜ ਕੇ ਸਰਕਾਰ ਨੂੰ ਵੱਢ ਕੇ ਫਸਲ ਦੇਣ ਨੂੰ ਤਿਆਰ ਹੈ, ਸਭ ਤੋਂ ਵੱਡਾ ਇਹੀ ਕਾਰਨ ਹੈ ਕਿ ਫਸਲਾਂ ਸਾਨੂੰ ਰੇਟ ਨਹੀਂ ਮਿਲਦਾ। ਜੇਕਰ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਇੱਕ ਪੰਜਾਬ ਵਾਸੀ ਨੂੰ ਹੋਰ ਗੱਲ ਦੱਸਣਾ ਚਾਹੁੰਦਾ, ਥੋੜੀ ਧਿਆਨ ਨਾਲ ਸੁਣਨੀ, ਜਿਹੜੀ ਕਿ ਅਸੀਂ ਖਸਖਸ ਦੀ ਖੇਤੀ ਦੀ ਗੱਲ ਕਰੀ ਸੀਗੀ, ਹੁਣ ਲੀਡਰਾਂ ਨੇ ਕੀ ਕਰਿਆ ਹੋਇਆ ਪੰਜਾਬ ਦੇ ਵਿੱਚ, ਜਾਂ 50 ਹਜ਼ਾਰਾਂ ਦੀ ਗੱਲ ਕਰ ਲਓ, ਉਹਨਾਂ ਨੇ ਕੀ ਕਰਿਆ, ਹੋਰ ਤਾਂ ਨਸ਼ਿਆਂ ਦੀ ਬਹੁਤ ਵੱਡੇ, ਜਿਹੜੇ ਤੁਸੀਂ ਦੇਖਿਆ ਸ਼ਰਾਬ ਦੇ ਠੇਕੇ ਖੋਲ ਤੇ ਵੱਡੀ ਮਾਤਰਾ ਦੇ ਸ਼ਰਾਬ ਦੇ ਠੇਕੇ ਚੱਲ ਰਹੇ ਨੇਗੇ। ਅਸੀਂ ਖਸਖਸ ਦੀ ਖੇਤੀ ਦੀ ਗੱਲ ਕਰੀ ਸੀ, ਜੇਕਰ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋ ਜਾਂਦੀ ਆ ਤਾਂ ਸਿੱਧਾ ਸਿੱਧਾ ਕਿਸਾਨ ਨੂੰ ਮੁਨਾਫਾ ਹੋਣਾ ਸੀਗਾ, ਜੇਕਰ ਹੁਣ ਵੀ ਅਸੀਂ ਇਹ ਚੀਜ਼ ਦਾ ਲੜਾਈ ਲੜ ਰਹੇ ਹਾਂ। ਤੇ ਅੱਜ ਜਿਹੜੀ ਸਾਡੀ ਲੜਾਈ ਆ ਇਹੀ ਆ, ਮੈਂ ਬਾਰ ਬਾਰ ਇਹੀ ਗੱਲ ਦੱਸਣਾ ਚਾਹੁੰਦਾ ਕਿ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਫੈਲੀ ਹੋਈ ਆ ਕਿ ਛੋਟੇ ਮੋਟੀਆਂ ਵਾਹਾਂ ਉਹਨਾਂ ਨਾਲ ਦੂਰ ਰਹੋ, ਸਾਡਾ ਜਿਹੜਾ ਜਿਵੇਂ ਤੁਹਾਡੇ ਭਾਜਪਾ ਦੇ ਕੋਲੇ ਬਹੁਤ ਵੱਡਾ IT ਸੈੱਲ ਹੈ, ਕਿਸੇ ਨੇ ਪੋਸਟ ਨਹੀਂ ਪਾਉਣੀ। ਇਹ ਗੱਲ ਯਾਦ ਰੱਖੋ, ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਤੁਸੀਂ ਕਹਿੰਦੇ ਹੋ ਵੀ ਸਾਡੇ ਐਡਾ ਨਹੀਂ ਕਿਸੇ ਨੇ, ਸਾਡੇ ਲੀਡਰ ਨੇ ਬੋਲਤੀ, ਵਰਕਰ ਨੇ ਬੋਲਤੀ, ਸਾਡੇ ਬਾਪੂਆਂ ਦੀ ਬਹੁਤ ਵੱਡੀ ਦੇਣ ਹੈ। ਅੱਜ ਤੱਕ ਜੋ ਵੀ ਸਾਨੂੰ ਪੰਜਾਬ ਦੇ ਵਿੱਚ ਲੜਾਈਆਂ ਨੇਗੀਆਂ, ਇਹ ਕੋਈ ਦਿੱਲੀ ਸੀ ਪਹਿਲੀ ਵਾਰ ਨਹੀਂ ਪਹੁੰਚੇ, ਬਹੁਤ ਵਾਰੀ ਦਿੱਲੀ ਪਹੁੰਚੇ ਤੇ ਬਹੁਤ ਵਾਰੀ ਦਿੱਲੀ ਜਿੱਤੀ ਆ। ਜੇਕਰ ਅੱਜ ਤੱਕ ਲੜਾਈਆਂ ਜੋ ਵੀ ਸਾਨੂੰ ਫਸਲਾਂ ਰੇਟ ਮਿਲਣ ਦੇ ਸਾਡਾ ਬਾਪੂਆਂ ਕਰਕੇ ਮਿਲੇ ਨੇਗੇ। ਇਸ ਕਰਕੇ ਕੋਈ ਮਾੜੀ ਮੋਟੀ ਗੱਲ ਨੂੰ ਭੜਕਾਇਆ ਨਾ ਕਰੋ, ਮੇਰੀ ਹੱਥ ਬੰਨ ਕੇ ਬੇਨਤੀ ਇਹੀ ਆ ਤੁਹਾਡੇ ਅੱਗੇ, ਬਾਰ ਬਾਰ ਬੇਨਤੀ ਆ, ਕਿਉਂਕਿ ਕੱਲ ਪਰਸੋਂ ਜਿਹੜੀ ਗੱਲ ਚੱਲੀ ਸੀਗੀ ਉਹਦਾ ਬਹੁਤ ਵੱਡਾ ਵਿਦਰੋਹ ਹੋਇਆ। ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਸਪਸ਼ਟੀਕਰਨ ਦਿੱਤਾ, ਹੁਣ ਕੋਈ ਵੀ ਜਿਹੜਾ ਕਿਸਾਨੀ ਨੂੰ ਸੱਚੇ ਦਿਲੋਂ ਪਿਆਰ ਕਰਦਾ ਉਹ ਭੜਕਾਊ ਗੱਲ ਨਹੀਂ ਬੋਲੂਗਾ। ਸਾਡੀ ਹੱਥ ਬੰਨ ਕੇ ਬੇਨਤੀ ਇਹੀ ਹੈ, ਕਿਉਂਕਿ ਇਹ ਜਿਹੜੀ ਆਪਣੀ ਲੜਾਈ ਆ ਅਣਖ ਦੀ ਲੜਾਈ ਹੈ, ਅਣਖ ਦੀ ਲੜਾਈ ਹੈ, ਇਹ ਲੜਾਈ ਆਪਾਂ ਜਿੱਤ ਕੇ ਉੱਠਣਾ, ਟਾਈਮ ਪੂਰਾ ਹੋ ਗਿਆ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।
ਨੌਜਵਾਨਾਂ ਵਿੱਚ ਜੋਸ਼ ਹੈ ਪਰ ਟਾਈਮ ਦਾ ਕਿਉਂਕਿ ਧਿਆਨ ਰੱਖ ਕੇ ਆਪਣੇ ਕੋਲ ਬੁਲਾਰੇ ਬਹੁਤ ਨੇ ਸਾਰਿਆਂ ਦੀ ਹਾਜ਼ਰੀ ਲੱਗ ਸਕੇ ਚੌਧਰੀ ਜੋਗਿੰਦਰ ਕਾਸੀ ਗੰਮ ਨੈਣ ਸੂਬਾ ਪ੍ਰਧਾਨ ਡੀ ਕੇ ਜੀ ਹਰਿਆਣਾ 5 ਮਿੰਟ ਨੇ ਅਗਲੇ ਬੁਲਾਰੇ ਪ੍ਰਹਲਾਦ ਸਿੰਘ ਭਾਰੂ ਖੇੜਾ ਉਹ